स्काई न्यूज़ पंजाब दे उत्ते इस वेले दी वड्डी अपडेट सेहत मंत्री बलबीर सिंह सिद्धू दे नाल जुड़ी हुई सामने आ रही है, जिन्हां दे खिलाफ मामला दर्ज करवाया गया। दरअसल उन्हां दे उत्ते इल्जाम लगे ने कि उन्होंने करोना दे नियमां दीआं धज्जियां उड़ाईआं ने। दरअसल वो बरनाला दे विच पहुंचे सन, जिथे कि एक नगर कौंसल की ताजपोशी दे लई उत्ते उन्होंने वड्डा इकट्ठ कीता सी। उत्ते वड्डी गिणती विच लोग पहुंचे हुए सन, जिस दौरान करोना नियमों की जिहड़ियां धज्जियां शरेआम उड्डियां ने। इसी दे चलदिआं श्रोमणी अकाली दल दे वल्लों उन्हां दे खिलाफ शिकायत दर्ज करवाई गई है। तो वड्डी अपडेट तुहानूं दे रहे हां बलबीर सिंह सिद्धू दे नाल जुड़ी हुई, जिहड़े कि खुद सेहत मंत्री ने ते अक्सर लोगों नूं अपील करदे नज़र आउंदे ने कि वह करोना दीआं हदायतां दी पालना चंगी तरह दे नाल करन, पर इस वार वह खुद ही विवादां दे विच घिर गए ने, क्योंकि खुद ही करोना दे नियम तोड़दे हो नज़र आए ने, जिस दे चलदे श्रोमणी अकाली दल दे वल्लों उन्हां दे खिलाफ शिकायत जिहड़ी है ਉਹ ਦਰਜ ਕਰਵਾਈ ਗਈ ਹੈ। ਤਾਂ ਦੱਸ ਦਿੰਦੇ ਹਾਂ ਕਿ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਸੀ, ਇਸੇ ਨੂੰ ਲੈ ਕੇ ਕਿ ਉਹਨਾਂ ਨੇ ਵੀ ਕਰੋਨਾ ਨਿਯਮਾਂ ਦੇ ਚੱਲਦਿਆਂ ਵੱਡਾ ਇਕੱਠ ਜਿਹੜਾ ਕੀਤਾ ਸੀ। ਉਸ ਦੇ ਚੱਲਦਿਆਂ ਸੁਖਬੀਰ ਬਾਦਲ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਤਾਂ ਹੁਣ ਜਦੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 30 ਅਪ੍ਰੈਲ ਨੂੰ ਪਹੁੰਚੇ ਸਨ ਬਰਨਾਲਾ ਦੇ ਵਿੱਚ, ਉੱਥੇ ਨਗਰ ਕੌਂਸਲ ਦੀ ਤਾਜਪੋਸ਼ੀ ਦੇ ਲਈ ਉਹਨਾਂ ਨੇ ਸ਼ਿਰਕਤ ਕੀਤੀ ਸੀ, ਤਾਂ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ, ਜਿਸ ਦੇ ਚੱਲਦਿਆਂ ਕਿ ਕਰੋਨਾ ਦੀਆਂ ਹਦਾਇਤਾਂ ਜਿਹੜੀਆਂ ਨੇ ਉਹਨਾਂ ਦੀ ਪਾਲਣਾ ਨਹੀਂ ਹੋਈ, ਕਿਉਂਕਿ ਪੰਜਾਬ ਦੇ ਵਿੱਚ ਵੱਡੇ ਇਕੱਠ ਦੇ ਉੱਤੇ ਮਨਾਹੀ ਕੀਤੀ ਗਈ ਹੈ। ਫਿਰ ਭਾਵੇਂ ਉਹ ਰਾਜਨੀਤਿਕ ਇਕੱਠ ਹੋਵੇ ਜਾਂ ਫਿਰ ਕੋਈ ਸਮਾਗਮ ਹੋਵੇ, ਵਿਆਹ ਸਮਾਗਮ ਜਾਂ ਫਿਰ ਕੋਈ ਹੋਰ ਸਮਾਗਮ ਹੋਵੇ, ਤਾਂ ਉਸ ਦੇ ਵਿੱਚ 20 ਜਿਹੜੇ ਵਿਅਕਤੀ ਨੇ ਉਹ ਹੀ ਸ਼ਾਮਿਲ ਹੋ ਸਕਦੇ ਨੇ, ਇਹ ਗੱਲ ਕਹੀ ਗਈ ਸੀ। ਪਰ ਜਦੋਂ ਬਲਬੀਰ ਸਿੱਧੂ ਉੱਥੇ ਪਹੁੰਚੇ ਤਾਂ 20 ਤੋਂ ਕਈ ਗੁਣਾ ਵੱਧ ਲੋਕ ਉੱਥੇ ਦਿਖੇ। ਕਰੋਨਾ ਦੀ ਕੋਈ ਵੀ ਪਾਲਣਾ ਉੱਥੇ ਨਹੀਂ ਕੀਤੀ ਗਈ। ਵੱਡੀ ਗਿਣਤੀ ਵਿੱਚ ਲੋਕ ਅਜਿਹੇ ਵੀ ਸਨ ਜਿਨ੍ਹਾਂ ਨੇ ਮਾਸਕ ਜਿਹੜੇ ਹੈ ਉਹ ਨਹੀਂ ਪਾਏ ਹੋਏ ਸਨ। ਤਾਂ ਅਕਸਰ ਸਿਹਤ ਮੰਤਰੀ ਜਿਹੜੇ ਖੁਦ ਲੋਕਾਂ ਨੂੰ ਕਹਿੰਦੇ ਨਜ਼ਰ ਆਉਂਦੇ ਨੇ ਕਿ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ, ਕਿਉਂਕਿ ਕਰੋਨਾ ਦਾ ਕਹਿਰ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ, ਪਰ ਉਹ ਖੁਦ ਕਿੰਨੀ ਕੁ ਪਾਲਣਾ ਕਰ ਰਹੇ ਨੇ ਉਸ ਨੂੰ ਇੱਕ ਜਿਹੜੀ ਖਬਰ ਹੈ ਉਹ ਖੁਦ ਬਿਆਨ ਕਰ ਰਹੀ ਹੈ ਕਿ ਕਿਵੇਂ ਉੱਥੇ ਆਪਣੇ ਮੰਤਰੀ ਜਿਹੜੇ ਦੇ ਕੈਪਟਨ ਦੇ ਉਹ ਖੁਦ ਹੀ ਉੱਥੇ ਪਹੁੰਚ ਜਾਂਦੇ ਨੇ ਵੱਡੀ ਇਕੱਠ ਨੂੰ ਲੈ ਕੇ। ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਹੋਰ ਵੀ ਕਈ ਵੱਡੇ ਸਿਆਸਤਦਾਨ ਜਿਹੜੇ ਨੇ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਕਰ ਚੁੱਕੇ ਨੇ, ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਚੁੱਕੇ ਨੇ। ਤਾਂ ਹੁਣ ਸਵਾਲ ਕਰਨਾ ਬਣਦਾ ਹੈ ਕਿ ਇਹਨਾਂ ਦੇ ਖਿਲਾਫ਼ ਹੁਣ ਕਾਰਵਾਈ ਹੋਏਗੀ, ਕਿਉਂਕਿ ਆਮ ਲੋਕ ਜਦੋਂ ਘਰ ਤੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਦੇ ਖਿਲਾਫ਼ ਨਾਲ ਦੀ ਨਾਲ ਕਾਰਵਾਈ ਹੁੰਦੀ ਹੈ। ਫਿਰ ਭਾਵੇਂ ਉਹ ਗੱਡੀਆਂ ਦੇ ਵਿੱਚ ਜ਼ਿਆਦਾ ਗਿਣਤੀ ਵਿੱਚ ਬੈਠੇ ਹੋਣ ਜਾਂ ਫਿਰ ਬਿਨਾਂ ਮਾਸਕ ਤੋਂ ਬਾਹਰ ਘੁੰਮਦੇ ਹੋਣ, ਤਾਂ ਅਜਿਹੇ ਦੇ ਵਿੱਚ ਆਮ ਲੋਕਾਂ ਦੇ ਖਿਲਾਫ਼ ਤਾਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਹੀ ਜਾ ਰਹੀ ਹੈ। ਅਤੇ ਹੁਣ ਜਦੋਂ ਮੰਤਰੀ ਇਹਨਾਂ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ, ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਕਦੋਂ ਹੋਏਗੀ? ਹੁਣ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।